ਆ ਫਲ ਫੁੱਲ ਖਰੀਦਦੇ ਆ, ਪਰਖ ਪਰਖ ਕੇ ਕੋਈ ਕੱਚਾ ਨਾ ਆ ਜਾਵੇ, ਗੱਲ 20-25 ਰੁਪਈਆਂ ਦੀ ਹੁੰਦੀ ਹੈ। ਕੋਈ ਮਾੜਾ ਫਲ ਨਾ ਆ ਜਾਵੇ, ਮਾੜੀ ਸਬਜ਼ੀ ਨਾ ਮਿਲ ਜਾਵੇ। ਕੱਚਾ ਘਰ ਕਹਿੰਦੇ ਬੜਾ ਚਿਰ ਹੋ ਗਿਆ ਰਹਿੰਦੇ ਨੂੰ, ਢਾ ਕੇ ਮਕਾਨ ਨਵਾਂ ਪਾਉਣਾ ਭਾਵੇਂ ਕਰਜ਼ੇ ਹੀ ਚੁੱਕਣਾ ਪੈ ਗਿਆ, ਸਾਰਿਆਂ ਨੇ ਪਾਲੇ ਘਰ ਮੇਰੇ ਹੀ ਕੱਚਾ ਰਹਿ ਗਿਆ। ਹਰ ਇੱਕ ਚੀਜ਼ ਪੱਕੀ ਲੱਭਦੇ ਆ, ਪਰ ਜਦੋਂ ਵਾਰੀ ਗੁਰੂ ਲੱਭਣ ਦੀ ਆਉਂਦੀ ਹੈ, ਉਦੋਂ ਬੰਦਾ ਅੱਖਾਂ ਮੀਚ ਕੇ ਤੁਰ ਪੈਂਦਾ, ਜਿੱਧਰ ਨੂੰ ਦੁਨੀਆਂ ਤੁਰੀ ਜਾਂਦੀ ਹੈ ਉੱਧਰ ਨੂੰ ਆਪ ਤੁਰ ਪੈਂਦਾ, ਜਿੱਧਰ ਨੂੰ ਸੰਸਾਰ ਜਾ ਰਿਹਾ। ਕੋਈ ਨਚਾਰਾਂ ਦੇ ਪਿੱਛੇ ਲੱਗਿਆ, ਕੋਈ ਕਹਿੰਦਾ ਸਿਸਟਮ ਹਿੱਲ ਗਿਆ, ਇੱਕ ਦਾ ਸਿਸਟਮ ਜਾਮ ਹੋਇਆ ਪਿਆ, ਉਹ ਪਿਆਰੇ ਫਰਿੱਜ 'ਚ ਲੱਗਿਆ, ਇੱਕ ਦਾ ਸਿਸਟਮ ਜਾਮ ਹੈ, ਇੱਕ ਕਹਿੰਦਾ ਮੇਰਾ ਸਿਸਟਮ ਹਿੱਲ ਗਿਆ। ਇਹ ਹਿੱਲਿਆਂ ਦੇ ਕੋਲ ਕੀ ਜਾਣਾ, ਇੱਕ ਜਾਮ ਹੋਇਆ ਪਿਆ ਉਹਨੂੰ ਸਾੜਨ ਨੂੰ ਹੀ ਤਿਆਰ ਨਹੀਂ, 3-4 ਸਾਲ ਲੰਘੇ ਸਮਾਧੀ ਲੱਗੀ ਹੋਈ ਹੈ, ਕਹਿੰਦੇ ਸਮਾਧੀ ਲੱਗੀ ਹੋਈ ਹੈ। ਇਹਦਾ ਸਿਸਟਮ ਹੁੱਲਿਆ, ਉਹਨੂੰ ਕਹਿ ਵੀ ਇੱਥੇ ਨੱਚ, ਇਹਦੇ 'ਤੇ ਵੀ ਅਸਰ ਹੋ ਜਾਵੇ ਥੋੜ੍ਹਾ ਬਹੁਤਾ, ਜੇ ਜਾਮ ਹੈ ਵੀ ਮਾੜਾ ਮੋਟਾ ਖੁੱਲ ਜਾਵੇ। ਇਹੋ ਜਿਹੇ ਲੋਕਾਂ ਦੇ ਮਗਰ ਦੁਨੀਆਂ ਲੱਗੀ ਹੋਈ ਹੈ। ਇਹੋ ਜਿਹੇ ਵੇਖੋ, 20ਵੀਂ ਸਦੀ 21ਵੀਂ ਸਦੀ ਆ ਗਈ, ਪੜ੍ਹਿਆ ਲਿਖਿਆ ਕਹਿੰਦੇ ਜ਼ਮਾਨਾ ਆ ਗਿਆ, ਪੜ੍ਹਿਆ ਲਿਖਿਆ ਜ਼ਮਾਨਾ, ਨਾ ਤੇ ਪਾਪ ਘਟੇ ਨੇ, ਨਿੱਤ ਵੱਧਦੇ ਜਾ ਰਹੇ, ਪਾਪ ਵੀ ਵੱਧਦੇ ਜਾ ਰਹੇ, ਔਗਣ ਵੱਧਦੇ ਜਾ ਰਹੇ ਤੇ ਨਿੱਤ ਪਖੰਡ ਵੀ ਵੱਧਦਾ ਜਾ ਰਿਹਾ, ਔਗਣ ਵੀ ਵੱਧਦੇ ਜਾ ਰਹੇ ਹੈ, ਪਖੰਡ ਵੀ ਵੱਧਦਾ ਜਾ ਰਿਹਾ ਹੈ। ਨਾ ਪਾਪ ਘਟੇ, ਨਾ ਔਗਣ ਘਟੇ, ਨਾ ਪਖੰਡ ਘਟਿਆ, ਪੜ੍ਹਾਈ ਦਾ ਜ਼ਮਾਨਾ ਹੈ। ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਝੱਖਣਾ ਝਾਖ, ਜਿੰਨਾ ਚਿਰ ਗੁਰਮਤ ਦੀ ਗੁਰੂ ਨਾਨਕ ਦੇ ਘਰ ਦੀ ਇੱਕ ਗੱਲ ਸਾਡੇ ਮਨ ਵਿੱਚ ਨਹੀਂ ਨਾ ਵਸਦੀ, ਉਹਨਾਂ ਚਿਰ ਪਿਆਰਿਓ ਇਹ ਪਖੰਡ ਦੰਭ ਪਾਪ ਮੁੱਕਣੇ ਹੀ ਨਹੀਂ, ਦੂਰ ਹੀ ਨਹੀਂ ਹੋਣਾ।